ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਜਿਸ ਇਨਸਾਨ ਨਾਲ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਉਹ ਇਨਸਾਨ ਪੰਜਾਬੀ ਜਗਤ ਦੇ ਮਹਾਨ ਸ਼ਖਸੀਅਤ ਹਨ ਅਤੇ ਲੇਖਕ ਵੀ। ਸਰ, ਬਹੁਤ ਬਹੁਤ ਵੈਲਕਮ ਸਾਡੇ ਸ਼ੋਅ 'ਚ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਤੁਸੀਂ ਇਹ ਲਿਖਣ ਦਾ ਸਫ਼ਰ ਕਿੱਥੋਂ ਸਟਾਰਟ ਕੀਤਾ ਅਤੇ ਕਿਸ ਤਰ੍ਹਾਂ ਕੀਤਾ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਦੋਂ ਮੈਂ 13 ਸਾਲ ਦਾ ਸਾਂ ਨਾ, ਉਦੋਂ ਮੇਰੇ ਇੱਕ ਦਿਨ ਮੈਂ ਗੁਰਦੁਆਰੇ ਗਿਆ ਅਤੇ ਫਾਦਰ ਸਾਹਿਬ ਨੇ ਗੁਰਦੁਆਰੇ ਦੇ ਵਾਪਸੀ 'ਤੇ ਮੈਨੂੰ ਕਿਹਾ ਵੀ ਤੂੰ ਨਾ ਖੇਡਾਂ ਵਿੱਚ ਤੇਰੀ ਦਿਲਚਸਪੀ ਹੈ, ਨਾ ਕਿਸੇ ਹੋਰ ਕਿਸੇ ਗੱਲ ਵਿੱਚ ਦਿਲਚਸਪੀ ਹੈ, ਅਤੇ ਜੇ ਤੂੰ ਇੱਕ ਕਿਤੇ ਕਵਿਤਾ ਹੀ ਪੜ੍ਹ ਕੇ ਕਿਤੇ ਗੁਰਦੁਆਰੇ ਪੜ੍ਹ ਕੇ ਸੁਣਾ ਦਿਆਂ ਤਾਂ ਮੈਂ ਸੋਚਾਂ ਮੇਰਾ ਬੇਟਾ ਜਿਹੜਾ ਕੁਛ ਕਰਦਾ ਹੈ, ਉਹਨੂੰ ਪਤਾ ਹੈ ਕੁਛ। ਉਹ ਕੁਛ ਉਹਨਾਂ ਨੇ ਇਸ ਤਰ੍ਹਾਂ ਦਾ ਮੈਨੂੰ ਕੋਈ ਗੱਲ ਕੀਤੀ ਕਿ ਮੈਨੂੰ ਦਿਲ ਨੂੰ ਲੱਗ ਗਈ ਕਿਤੇ, ਅਤੇ ਮੈਂ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਲਿਖੀ ਜੀ। ਇਹ ਆਜ਼ਾਦੀ ਨਹੀਂ ਬਰਬਾਦੀ ਏ, ਲੁੱਟ ਲੁੱਟ ਪਰਨ ਭੰਡਾਰ, ਅਮੀਰਾਂ ਦੇ ਚਾਬੀ ਏ, ਹੈ ਨਾ, ਇਹੋ ਜਿਹੀ ਕਵਿਤਾ ਸੀ। ਅਤੇ ਇਹ ਕਵਿਤਾ ਤੁਸੀਂ ਖੁਦ ਲਿਖੀ ਜਾਂ ਫਿਰ ਤੁਸੀਂ ਕਿਤੋਂ ਪੜ੍ਹ ਕੇ ਫਿਰ ਬੋਲੀ? ਇਹ ਮੈਂ ਬਿਲਕੁਲ ਆਪ ਲਿਖੀ ਸੀ, ਔਰ ਮੈਂ ਮੇਰੇ ਫਾਦਰ ਉਸ ਵੇਲੇ ਜਿਹੜੇ ਮੇਰੇ ਪਿਤਾ ਜੀ ਉਹ ਪੰਜਾਬੀ ਲੇਖ ਸਭਾ ਦੇ ਖਜ਼ਾਨਚੀ ਸਨ, ਤਾਂ ਉਹਨਾਂ ਨੇ ਪੰਜਾਬੀ ਲੇਖ ਸਭਾ ਦਾ ਇੱਕ ਪ੍ਰੋਗਰਾਮ ਹੋਇਆ ਸੀ ਗਾਂਧੀ ਭਵਨ ਜੰਮੂ ਵਿੱਚ, ਉਸ ਦੇ ਵਿੱਚ ਮੈਨੂੰ ਇਹ ਕਵਿਤਾ 1971 ਵਿੱਚ ਪੜ੍ਹਾਈ ਸੀ, ਉਦੋਂ ਮੈਂ 13 ਸਾਲ ਦੀ ਉਮਰ ਸੀ। ਅੱਛਾ, ਉਦੋਂ ਤੁਸੀਂ ਸਿਰਫ 13 ਸਾਲ ਦੇ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਇੱਕ ਰਾਈਟਰ ਸਾਡੇ ਘਰ ਆਏ, ਹਾਂਜੀ, ਉਹਨਾਂ ਨੂੰ ਇੱਕ ਕਹਾਣੀ ਦਾ ਇੱਕ ਦਿੱਤਾ ਉਹਨਾਂ ਨੇ ਪਲਾਟ, ਤਾਂ ਨਾਲ ਮੈਂ ਬੈਠਾ, ਕਹਿੰਦੇ ਬੇਟਾ ਤੂੰ ਵੀ ਇੱਕ ਕਹਾਣੀ ਦਾ ਪਲਾਟ ਸੁਣ ਲੈ, ਜੇ ਕਹਾਣੀ ਲਿਖੋਗੇ ਦੇਖਾਂ ਮੈਂ ਪਹਿਲੇ ਕੌਣ ਲਿਖਦਾ। ਉਹ ਗੁਲਸ਼ਨ ਸਾਹਿਬ ਸਨ, ਰਘਵੀਰ ਸਿੰਘ ਗੁਲਸ਼ਨ, ਉਹ ਗੁਜ਼ਰ ਗਏ, ਲੇਕਿਨ ਉਹਨਾਂ ਨੇ ਕਹਾਣੀ ਲਿਖੀ ਕਿ ਨਹੀਂ ਲਿਖੀ, ਪਰ ਮੈਂ ਉਹਨਾਂ ਦੇ ਉਸ ਪਲਾਟ 'ਤੇ ਕਹਾਣੀ ਲਿਖੀ, ਔਰ ਜਿਹੜੀ ਉਹ ਮੇਰੀ ਪਹਿਲੀ ਕਹਾਣੀ ਸੀ ਯੂਨੀਕ ਮੈਨ, ਜਿਹੜੀ ਮੈਂ ਰੇਡੀਓ ਤੋਂ ਪਹਿਲੀ ਵਾਰ ਜਾ ਕੇ ਪੜ੍ਹੀ ਸੀ 1975 ਵਿੱਚ। ਅੱਛਾ, ਅਸੀਂ ਤੁਸੀਂ ਪੰਜਾਬੀ ਉਹ ਜਿਹੜੀ ਕਹਾਣੀ ਲਿਖੀ ਫਿਰ ਤੁਸੀਂ ਉਹ ਜਾ ਕੇ ਰੇਡੀਓ 'ਤੇ ਵੀ ਪੜ੍ਹੀ? ਬਿਲਕੁਲ, ਉਦੋਂ ਯੁਵਾਣੀ ਵਿੱਚ 25 ਰੁਪਏ ਮੈਨੂੰ ਮਿਲੇ ਸਨ ਚੈੱਕ, ਅਤੇ 1975 ਵਿੱਚ ਮੇਰੀ ਪਹਿਲੀ ਕਹਾਣੀ ਸੀ। ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਲੇਖ ਸਭਾ ਜੰਮੂ ਨਾਲ ਜੁੜ ਗਿਆ, ਫਿਰ ਮੈਂ ਉੱਥੇ ਕਹਾਣੀਆਂ ਪੜ੍ਹਨ ਲੱਗਾ, ਕਵਿਤਾਵਾਂ ਪੜ੍ਹਨ ਲੱਗਾ, ਔਰ ਮੋਸਟਲੀ ਜ਼ਿਆਦਾਤਰ ਮੈਂ ਕਹਾਣੀ ਲਿਖੀ, ਔਰ ਮੇਰੀ 78 ਤੋਂ ਮੇਰੀਆਂ ਕਹਾਣੀਆਂ ਛਪਣੀਆਂ ਸ਼ੁਰੂ ਹੋ ਗਈਆਂ। 78 'ਚ ਮੇਰੀ ਪਹਿਲੀ ਕਹਾਣੀ ਸ਼ਰਾਜ਼ਾ ਵਿੱਚ ਛਪੀ, ਫਿਰ ਅੰਮ੍ਰਿਤਸਰ ਤੋਂ ਇੱਕ ਮੈਗਜ਼ੀਨ ਨਿਕਲਦੀ ਹੈ ਕਮਲ, ਉਹਦੇ ਵਿੱਚ ਛਪੀ, ਫਿਰ 78 ਵਿੱਚ ਹੀ ਜੁਲਾਈ ਵਿੱਚ ਮੈਂ ਕਲਕੱਤੇ ਚਲਾ ਗਿਆ ਅੱਗੇ ਪੜ੍ਹਨ ਲਈ, ਅਤੇ ਉੱਥੇ ਜਾ ਕੇ ਮੈਂ ਪਲੱਸ ਟੂ ਕੀਤੀ, ਪਲੱਸ ਟੂ ਕਰਕੇ ਫਿਰ ਮੈਨੂੰ ਮੈਡੀਕਲ ਦੀ ਸੀਟ ਮਿਲ ਗਈ, ਉੱਥੇ ਮੈਂ ਮੈਡੀਕਲ ਦੀ ਪੜ੍ਹਾਈ ਕੀਤੀ। ਸ਼ੌਕ ਸੀ ਮੈਨੂੰ ਹੋਰ ਵੀ ਫਿਲਮਾਂ ਦਾ, ਬਹੁਤ ਸ਼ੌਕ ਸੀ ਦੇਖਣ ਦਾ, ਰਾਈਟਿੰਗ ਤਾਂ ਕਰ ਹੀ ਰਿਹਾ ਸੀ ਮੈਂ, ਅਤੇ ਮੈਂ ਉੱਥੋਂ ਫਿਰ ਸਟੂਡੀਓ ਸੀ ਉੱਥੇ ਟੋਲੀਗੰਜ ਸਟੂਡੀਓ ਬੰਗਾਲ ਦਾ, ਜਿੱਥੇ ਬੰਗਾਲੀ ਫਿਲਮਾਂ ਬਣਦੀਆਂ, ਉੱਧਰ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ, ਅਤੇ ਇਸ ਤਰ੍ਹਾਂ ਇੱਕ ਉਹ ਫਿਲਮਾਂ ਵਾਲਾ ਪਾਸਾ ਜਿਹੜਾ ਉਸ ਪਾਸੇ ਵੀ ਮੇਰਾ ਇੰਟਰਸਟ ਸੀ। ਤੁਸੀਂ ਫਿਲਮਾਂ 'ਚ ਵੀ ਤੁਹਾਡਾ ਥੋੜ੍ਹਾ ਇੰਟਰਸਟ ਬਣ ਗਿਆ ਹੋਣਾ? ਫਿਲਮਾਂ 'ਚ ਬਹੁਤ ਇੰਟਰਸਟ ਸੀ ਮੇਰਾ ਸ਼ੁਰੂ ਵਿੱਚ ਹੀ। ਅੱਛਾ, ਫਿਰ ਤੁਸੀਂ ਫਿਲਮਾਂ ਵਾਲੀ ਸਾਈਡ ਫਿਲਮਾਂ ਵਗੈਰਾ ਵੀ ਲਿਖਣਾ ਸ਼ੁਰੂ ਕੀਤੀਆਂ ਹੋਣੀਆਂ? ਹਾਂ, ਮੈਂ ਲਿਖੀਆਂ ਨੇ ਫਿਲਮਾਂ, ਪਹਿਲੇ ਮੈਂ ਫਿਲਮ ਮੇਕਿੰਗ ਦਾ ਕੰਮ ਸਿੱਖਿਆ। ਅੱਛਾ, ਉਹ ਬੰਗਾਲੀ ਫਿਲਮ ਇੱਕ ਬਣ ਰਹੀ ਸੀ, ਮੇਰੇ ਦੋਸਤ ਸਨ ਕੇਦਾਰ ਸਰੀਨ, ਉਹਨਾਂ ਦੀ ਫਿਲਮ ਸੀ, ਬੜੇ ਛੋਟੇ ਬਜਟ ਦੀ ਫਿਲਮ ਸੀ, ਬਲੈਕ ਐਂਡ ਵਾਈਟ 'ਚ ਉਸ ਦੌਰ 'ਚ ਬਣ ਰਹੀ ਸੀ ਫਿਲਮ, ਕਲਰ ਨਹੀਂ ਸੀ। ਉਸ ਫਿਲਮ 'ਚ ਮੈਂ ਅਸਿਸਟੈਂਟ ਬਣਿਆ ਉਹਨਾਂ ਨਾਲ, ਔਰ ਮੈਂ ਫਿਲਮ ਮੇਕਿੰਗ ਦੇ ਕੁਛ ਜਿਹੜੇ ਗੁਰ ਨੇ, ਬੇਸਿਕ ਗੁਰ ਨੇ, ਉਹ ਸਿੱਖੇ। ਉਸ ਤੋਂ ਬਾਅਦ ਉਹ ਫਿਲਮ ਜਿਹੜੀ ਜ਼ਿਆਦਾ ਚੱਲੀ ਨਹੀਂ, ਉਹਦਾ ਨਾਂ ਸੀ ਅਗਨੀਸ਼ੁੱਧੀ। ਉਸ ਤੋਂ ਬਾਅਦ ਫਿਰ ਇੱਕ ਹੋਰ ਬੰਗਾਲੀ ਫਿਲਮ ਵਿੱਚ ਮੈਂ ਅਸਿਸਟ ਕੀਤਾ, ਫਿਰ ਮੈਨੂੰ ਕੰਮ ਆ ਗਿਆ, ਫਿਰ ਮੈਂ ਉੱਥੇ ਦੋ ਫਿਲਮਾਂ ਕਲਕੱਤੇ 'ਚ ਰਹਿ ਕੇ ਮੈਂ ਬਣਾਈਆਂ, ਜਿਹੜੀਆਂ ਦੂਰਦਰਸ਼ਨ ਦੇ ਉੱਥੇ ਚੱਲੀਆਂ, ਔਰ ਜਿਹੜੇ ਉੱਥੇ ਦੇ ਪ੍ਰਾਈਵੇਟ ਪ੍ਰੋਡਿਊਸਰਸ ਨੇ ਬਣਾਈਆਂ। ਇੱਕ ਸੀ ਖੂਨ, ਦੈਟ ਵਾਜ਼ ਏ ਮਰਡਰ ਮਿਸਟਰੀ। ਉਸ ਤੋਂ ਇਲਾਵਾ ਇੱਕ ਫਿਲਮ ਮੈਂ ਕੀਤੀ ਉੱਥੇ, ਕੋਈ ਤੇਰੇ ਵਰਗੀ, ਮੇਰਾ ਇੱਕ ਨਾਵਲਟ ਹੈ ਛੋਟਾ ਜਿਹਾ, ਉਸਦੇ ਉੱਪਰ ਤੁਮਸੀ ਕੋਈ, ਹਿੰਦੀ ਵਿੱਚ। ਇਹ ਦੋ ਫਿਲਮਾਂ ਉੱਥੇ ਮੈਂ ਕੀਤੀਆਂ, ਕੋਈ 80 ਮਿੰਟ ਦੀ ਇੱਕ ਸੀ, ਇੱਕ 90 ਮਿੰਟ ਦੀ ਸੀ, ਇੱਕ ਡੇਢ ਘੰਟੇ ਸਮਝੋ, ਇੱਕ 80 ਮਿੰਟ ਦੀ ਸੀ। ਇਹ ਦੋ ਫਿਲਮਾਂ ਕਰਕੇ ਤਾਂ ਉੱਥੋਂ ਫਿਰ ਮੇਰਾ ਕੋਰਸ ਵਗੈਰਾ ਕੰਪਲੀਟ ਹੋ ਗਿਆ, ਮੈਂ ਜੰਮੂ ਆ ਗਿਆ। ਅੱਛਾ ਅੱਛਾ ਸਰ, ਤੁਸੀਂ ਕਹਾਣੀਆਂ ਲਿਖਦੇ ਹੋ, ਨਾਵਲ ਵੀ ਲਿਖਦੇ ਹੋ? ਹਾਂ, ਨਾਵਲ ਵੀ ਲਿਖੇ ਨੇ, ਨਾਵਲਟ ਪਹਿਲੇ ਲਿਖੇ ਨੇ, ਹੁਣ ਮੇਰਾ ਨਾਵਲ ਜਿਹੜਾ ਹੈ, ਦੋ ਨਾਵਲ ਨੇ ਮੇਰੇ, ਇੱਕ ਮੁਹੱਬਤ ਉਹ ਛਪ ਕੇ ਆ ਰਿਹਾ ਪ੍ਰੈਸ 'ਚ, ਅਤੇ ਇੱਕ ਨਾਵਲ ਜਿਹੜਾ ਮੇਰਾ ਉਹ ਸਹੇਲੀਆਂ ਉੱਪਰ ਹੈ, ਦੋ ਸਹੇਲੀਆਂ ਦੇ ਕੰਪੀਟੀਸ਼ਨ ਉੱਪਰ ਹੈ, ਅਤੇ ਉਹ ਵੀ ਆਏਗਾ। ਅਤੇ ਸਰ, ਤੁਹਾਡੀ ਫੈਮਿਲੀ 'ਚ ਸਿਰਫ ਤੁਸੀਂ ਇਕੱਲੇ ਹੀ ਲਿਖਦੇ ਹੋ ਕਿ ਹੋਰ ਵੀ ਤੁਹਾਨੂੰ ਦੇਖ ਕੇ ਇੰਸਪਾਇਰਡ ਹੋ ਰਹੇ ਨੇ ਫੈਮਿਲੀ 'ਚ ਕੋਈ? ਨਹੀਂ, ਇਸ ਤਰ੍ਹਾਂ ਨਹੀਂ ਹੈ, ਮੇਰੇ ਫਾਦਰ ਸਾਹਿਬ ਜਿਹੜੇ ਸਨ, ਤੁਹਾਨੂੰ ਦੱਸਿਆ, ਉਹ ਪੰਜਾਬੀ ਲੇਖ ਸਭਾ ਦੇ ਮੈਂਬਰ ਸਨ, ਉਹ ਉਰਦੂ ਔਰ ਪੰਜਾਬੀ ਦੋ ਭਾਸ਼ਾਵਾਂ 'ਚ ਲਿਖਦੇ ਸਨ, ਉਹਨਾਂ ਦੀਆਂ ਵੀ 7-8 ਕਿਤਾਬਾਂ ਆਲਰੇਡੀ ਹੈ ਨੇ ਛਪੀਆਂ ਹੋਈਆਂ। ਅੱਜ 85 ਸਾਲ ਉਮਰ ਆ ਉਹਨਾਂ ਦੀ, ਪਰ ਅਜੇ ਉਹ ਠੀਕ ਹੈ, ਲਿਖਦੇ ਨੇ ਅਜੇ ਵੀ। ਮੇਰੇ ਘਰ 'ਚ ਉਹ ਲਿਖਦੇ ਸਨ, ਫਿਰ ਮੈਂ ਸ਼ੁਰੂ ਕੀਤਾ, ਫਿਰ ਮੇਰੇ ਬਾਅਦ ਮੇਰੀ ਮੈਰਿਜ ਜਿਹੜੀ ਹੈ ਉਹ ਸ਼੍ਰੀਨਗਰ ਮੇਰੇ ਗਿਆ ਸੀ ਕਿ ਮੈਂ ਕਾਨਫਰੰਸ ਵਿੱਚ, ਰਾਈਟਰਸ ਕਾਨਫਰੰਸ ਵਿੱਚ, ਉੱਥੇ ਮੇਰੀ ਵਾਈਫ ਨਾਲ ਮੇਰੀ ਮੁਲਾਕਾਤ ਹੋਈ, ਤਾਂ ਮੈਂ ਪ੍ਰੋਜ਼ਾਈਡ ਕਰ ਰਿਹਾ ਸੀ ਫੰਕਸ਼ਨ ਟੈਗੋਰ ਹਾਲ ਵਿੱਚ, ਅਤੇ ਉੱਥੇ ਮੇਰੀ ਵਾਈਫ ਨੇ ਪਹਿਲੀ ਵਾਰ ਆਪਣੀ ਕਹਾਣੀ ਪੜ੍ਹੀ, ਅਤੇ ਉੱਥੇ ਹੀ ਸਾਡਾ ਉਹ ਇੱਕ ਮੁਲਾਕਾਤ ਹੋ ਗਈ, ਅਤੇ ਵਿਆਹ ਦਾ ਸਿਲਸਿਲਾ ਵਿਦਇਨ 2-3 ਮੰਥ ਸਾਡੀ ਮੈਰਿਜ ਹੋ ਗਈ, ਅਤੇ ਉਹ ਵੀ ਰਾਈਟਰ ਨੇ, ਉਹਨਾਂ ਦੀ ਵੀ ਪਹਿਲੇ ਕਹਾਣੀ ਦੇ ਦੋ ਕਿਤਾਬਾਂ ਨੇ, ਉਸ ਤੋਂ ਬਾਅਦ 3 ਨਾਵਲ ਨੇ, ਅੱਜ ਉਹਨਾਂ ਦਾ ਬਹੁਤ ਨਾਂ ਹੈ।
ਤੁਹਾਡੀ ਵਾਈਫ ਦਾ ਨਾਮ ਕੀ ਹੈ ਜੀ? ਸੁਰਿੰਦਰ ਨੀਰ। ਹਾਂ, ਉਹ ਫੋਰੈਸਟ ਡਿਪਾਰਟਮੈਂਟ 'ਚ ਕੰਮ ਕਰਦੇ ਹਾਂ। ਹਾਂਜੀ ਤੇ ਬਲਜੀਤ ਜੀ, ਤੁਸੀਂ ਸਾਨੂੰ ਇਹ ਸੁਣਾਓ ਕਿ ਤੁਸੀਂ ਰਾਈਟਿੰਗ ਦੇ ਸਿਵਾਏ ਕੁਛ ਕੀ ਔਰ ਕੀ ਕੰਮ ਕਰਦੇ ਹੋ? ਆਪਣਾ ਖਰਚਾ ਪਾਣੀ, ਘਰ ਚਲਾਉਣ ਵਾਸਤੇ ਔਰ ਵੀ ਕੁਛ ਕਰਦੇ ਹੋ? ਦੇਖੋ, ਰਾਈਟਿੰਗ ਜਿਹੜਾ ਮੇਰਾ ਮੇਨ ਹੈ। ਇਸ ਤੋਂ ਇਲਾਵਾ ਡਾਕਟਰੀ ਮੈਂ ਪਾਸ ਕੀਤੀ ਸੀ ਕਲਕੱਤੇ ਤੋਂ। 5 ਸਾਲ ਮੈਂ ਕਲੀਨਿਕ ਕੀਤਾ ਹੈ ਮੱਲਾ ਪਹਾੜੀਆਂ ਜੰਮੂ। ਕਲੀਨਿਕ ਮੇਰਾ ਜ਼ਿਆਦਾ ਚੱਲਿਆ ਨਹੀਂ ਸੀ, ਫਿਰ ਮੈਂ ਫਿਲਮ ਮੇਕਿੰਗ, ਦੂਰਦਰਸ਼ਨ ਦੇ ਸੀਰੀਅਲ ਵਗੈਰਾ ਬਣਾਉਣ ਦੇ ਉਸ ਪਾਸੇ ਲੱਗ ਗਿਆ। ਇਹ ਇੱਕ ਤਰ੍ਹਾਂ ਠੇਕੇਦਾਰੀ ਦਾ ਕੰਮ ਹੁੰਦਾ ਹੈ। ਤੁਸੀਂ ਪ੍ਰੋਜੈਕਟ ਪਾਉਂਦੇ ਹੋ, ਪਾਸ ਹੁੰਦਾ ਹੈ, ਤੁਸੀਂ ਬਣਾਉਂਦੇ ਹੋ, ਦਿੰਦੇ ਹੋ, ਉਹਦੇ ਨਾਲ ਤੁਹਾਡਾ ਖਰਚਾ ਪਾਣੀ ਚੱਲਦਾ। ਉਹ ਮੈਂ ਐਜ਼ ਰਾਈਟਰ, ਐਜ਼ ਡਾਇਰੈਕਟਰ, ਐਜ਼ ਐਕਟਰ ਕਾਫੀ ਕੰਮ ਕੀਤਾ ਅਤੇ ਐਜ਼ ਪ੍ਰੋਡਿਊਸਰ ਨਹੀਂ ਕਰ ਸਕਿਆ ਕਿਉਂਕਿ ਹੁਣ ਨੈਕਸਟ ਕੋਈ ਪਲਾਨ ਹੋਏ ਪ੍ਰੋਡਿਊਸਰ ਵਗੈਰਾ? ਐਜ਼ ਪ੍ਰੋਡਿਊਸਰ ਮੈਂ ਆਪਣੀ ਪਹਿਲੀ ਫਿਲਮ ਜਿਹੜੀ ਹੈ ਫੰਟੈਸੀਆਂ ਬਣਾਈ ਹੈ, ਜਿਹੜੀ ਵਿਦਇਨ 2-3 ਮੰਥਸ ਰਿਲੀਜ਼ ਹੋ ਜਾਏਗੀ ਕਿਉਂਕਿ ਮੈਂ ਉਹਨੂੰ ਸੈਂਸਰ ਕਰਵਾਉਣਾ। ਫਿਲਮ ਕੰਪਲੀਟ ਹੈ, ਮੈਂ ਬੰਬੇ ਜਾ ਰਿਹਾ ਕੁਝ ਦਿਨਾਂ ਤੱਕ, ਉੱਥੇ ਡਿਸਟ੍ਰੀਬਿਊਟਰਸ ਨੂੰ ਇਹ ਆਪਣੇ ਪ੍ਰੋਜੈਕਟ ਦਿਆਂਗਾ ਅਤੇ ਉਸ ਤੋਂ ਬਾਅਦ ਉਹ ਡਿਸਟ੍ਰੀਬਿਊਟਰਸ ਤੈਅ ਕਰਦੇ ਨੇ ਕਦੋਂ ਇਹਨੂੰ ਰਿਲੀਜ਼ ਕਰਨਾ, ਕੀ ਕਰਨਾ ਉਸ, ਅਤੇ ਉਹ ਸਾਰਾ ਉਹੀ ਕਰਨਗੇ। ਅਤੇ ਮੈਂ ਉਸ ਦੇ ਵਿੱਚ ਥੋੜ੍ਹਾ ਜਿਹਾ ਬਾਹਰ ਵੀ ਜਾਣ ਦਾ ਇੱਕ ਹੈ ਮੇਰਾ, ਕੈਨੇਡਾ ਵੱਲ ਟੂਰ ਦਾ, ਤਾਂ ਇਸ ਚੱਕਰ 'ਚ ਮੈਂ ਪਹਿਲੇ ਕੈਨੇਡਾ ਜਾਣ ਤੋਂ ਪਹਿਲੇ ਮੈਂ ਚਾਹੁੰਦਾ ਕਿ ਮੈਂ ਫਿਲਮ ਜਿਹੜੀ ਉਹ ਡਿਸਟ੍ਰੀਬਿਊਟਰਸ ਹਵਾਲੇ ਕਰ ਜਾਵਾਂ। ਸਰ, ਜੋ ਕਿ ਤੁਸੀਂ ਨੋਵਲ ਲਿਖਦੇ ਹੋ ਜਾਂ ਫਿਰ ਨੋਵਲ, ਜੋ ਕਿ ਤੁਸੀਂ ਨਾਟਕ ਲਿਖਦੇ ਹੋ, ਜੋ ਤੁਸੀਂ ਇੱਕ ਨਾਟਕ ਲਿਖਦੇ ਹੋ ਉਹਦੇ ਵਿੱਚ ਨਾਇਕ ਔਰ ਨਾਇਕ ਦਾ, ਨਾਇਕਾ ਦਾ ਜੋ ਰੋਲ ਹੁੰਦਾ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਰਿਪ੍ਰਜੈਂਟ ਕਰਦੇ ਹੋ? ਲਾਈਕ ਉਹਨਾਂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸ਼ੋਅ ਕਰਦੇ? ਨਾਇਕ ਨਾਇਕਾ ਜਿਹੜੀਆਂ ਹੁੰਦੀਆਂ ਨੇ ਸਾਡੇ ਸਮਾਜ ਵਿੱਚ ਹੀ ਹੁੰਦੇ ਨੇ। ਅਸੀਂ ਤੁਸੀਂ ਨਾਇਕ ਨਾਇਕਾਂ, ਠੀਕ ਹੈ ਨਾ, ਅਸੀਂ ਕਿਸੇ ਵੀ ਕਰੈਕਟਰ ਨੂੰ ਸਮਾਜ 'ਚੋਂ ਪਕੜਦੇ ਹਾਂ ਜੀ, ਉਸ ਦੀ ਕਹਾਣੀ ਨੂੰ ਕੋਈ ਸੱਚੀ, ਕੋਈ ਥੋੜ੍ਹੀ ਜਿਹੀ ਉਹਦੇ 'ਚ ਕਲਪਨਾ ਮਿਲਾਉਂਦੇ ਹਾਂ, ਇਮੈਜੀਨੇਸ਼ਨ ਮਿਲਾਉਂਦੇ ਹਾਂ, ਫਿਰ ਉਸਨੂੰ ਇੱਕ ਰੂਪ ਦਿੰਦੇ ਹਾਂ, ਨਾਟਕ ਦਾ ਦਿੰਦੇ ਹਾਂ ਜਾਂ ਕਹਾਣੀ ਦਾ ਦਿੰਦੇ ਹਾਂ ਜਾਂ ਨਾਵਲ ਦੇ ਵਿੱਚ ਜਿਸ ਤਰ੍ਹਾਂ ਵੀ ਉਹ ਸਾਨੂੰ ਠੀਕ ਲੱਗਦਾ, ਕਿਉਂਕਿ ਹਰ ਰਚਨਾ ਆਪਣਾ ਰੂਪ ਲੈ ਕੇ ਆਉਂਦੀ ਹੈ, ਜਿਸ ਤਰ੍ਹਾਂ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਲਿਖੀ ਜਾਣੀ ਚਾਹੀਦੀ, ਉਸ ਲਿਖ ਦਿੰਦੇ ਹਾਂ। ਅਤੇ ਇਹਦੇ ਵਿੱਚ ਕੋਈ ਇਹ ਨਹੀਂ ਹੈ, ਇਹ ਹੁੰਦਾ ਕਿ ਸਾਡਾ ਜਿਹੜਾ ਨਾਇਕ ਸਾਡਾ ਹੋਵੇ ਉਹ ਥੋੜ੍ਹਾ ਉਸਾਰੂ, ਉਹਦੀਆਂ ਜਿਹੜੀ ਕਦਰਾਂ ਕੀਮਤਾਂ ਨੇ ਜਿਹੜੀਆਂ ਸਮਾਜ ਦੀਆਂ, ਉਸਾਰੂ ਕਦਰਾਂ ਕੀਮਤਾਂ ਉਹਨਾਂ ਨੂੰ ਰਿਪ੍ਰਜੈਂਟ ਕਰਨ ਵਾਲਾ ਹੋਣਾ ਚਾਹੀਦਾ। ਉਹਦੇ 'ਚ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਨੈਗੇਟਿਵਿਟੀ ਜਿਹੜੀ ਹੈ ਉਹ ਉਸਨੂੰ ਫਿਰ ਖਲਨਾਇਕ ਬਣਾ ਦੇਗੀ, ਨਾਇਕ ਨਹੀਂ ਰਹਿਣ ਦੇਗੀ, ਠੀਕ ਹੈ ਨਾ। ਅਤੇ ਉਹ ਪੋਜ਼ਿਟਿਵਿਟੀ ਜਿਹੜੀ ਹੈ ਉਸਨੂੰ ਲੈ ਕੇ ਚੱਲਣਾ, ਔਰ ਸਮਾਜ ਵਿੱਚ ਅਸੀਂ ਪੋਜ਼ਿਟਿਵਿਟੀ ਜਿਹੜੀ ਹੈ ਉਸਨੂੰ ਲੋਕਾਂ ਦੇ ਇੱਕ ਮਨੇ ਆਪਣੇ ਕਰੈਕਟਰ ਦੇ ਥਰੂ ਉਸਨੂੰ ਰੂਪਾਂਤਰਨ ਕਰਨਾ, ਜੋ ਪੜ੍ਹਨ ਵਾਲੇ ਪਾਠਕ ਦੇ ਵਿੱਚ ਉਸਨੂੰ ਟ੍ਰਾਂਸਫਰ ਕਰਨਾ, ਇਹ ਇੱਕ ਕੰਮ ਹੁੰਦਾ ਰਾਈਟਰ ਦਾ। ਜੋ ਉਹ ਸਬਜੈਕਟ ਲੈ ਕੇ ਚੱਲਦਾ ਹੈ ਉਸ ਸਬਜੈਕਟ ਨੂੰ ਕਿਸ ਤਰ੍ਹਾਂ ਪਾਠਕ ਦੇ ਅੰਦਰ ਪਹੁੰਚਾਏ, ਉਸਦੇ ਮਨ ਦੇ ਅੰਦਰ, ਔਰ ਉਸਦੇ ਅੰਦਰ ਪਾਠਕ ਦੇ ਅੰਦਰ ਉਹ ਨਾਇਕ ਬਣਨ ਦੀ ਜਿਹੜੀ ਉਹ ਹੈ ਇੱਕ ਜਿਗਿਆਸਾ, ਜਿਹੜੀ ਉਸਨੂੰ ਕਿਸ ਤਰ੍ਹਾਂ ਉਹ ਪੂਰੀ ਕਰੇ, ਉਹਨੂੰ ਲੱਗੇ ਕਿ ਮੈਂ ਵੀ ਇਸ ਤਰ੍ਹਾਂ ਦਾ ਨਾਇਕ ਹੋਵਾਂ, ਠੀਕ ਹੈ ਨਾ। ਤਾਂ ਉਹ ਜਿਹੜਾ ਇੱਕ ਪ੍ਰੋਸੈਸ ਹੈ, ਬੜਾ ਲੰਬਾ ਪ੍ਰੋਸੈਸ ਹੈ, ਬੜਾ ਸਲੋ ਪ੍ਰੋਸੈਸ ਹੈ, ਕਿਤੇ ਪੋਜ਼ਿਟਿਵ ਅਸਰ ਹੁੰਦਾ ਹੈ, ਕਿਤੇ ਨਹੀਂ ਵੀ ਹੁੰਦਾ, ਕਈ ਉਸਨੂੰ ਉਸ ਤਰ੍ਹਾਂ ਨਹੀਂ ਕਬੂਲਦੇ ਜਿਹੜੇ ਪਾਠਕ ਨੇ। ਇਹ ਪਾਠਕ ਦੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ, ਹੁਣ ਜਿੰਨੀ ਸਿੰਸੀਅਰਟੀ ਨਾਲ ਮੈਂ ਕਿਤਾਬਾਂ ਪੜ੍ਹੀਆਂ ਨੇ ਮੇਰੇ, ਤੁਸੀਂ ਦੇਖ ਰਹੇ ਹੋ ਮੇਰੇ, ਇੰਨੀ ਸਿੰਸੀਅਰਟੀ ਨਾਲ ਮੇਰੇ ਵੀ ਦੋ ਭਰਾ ਨੇ, ਹੋਰ ਉਹ ਕਿਤਾਬਾਂ ਵੱਲ ਦੇਖਦੇ ਵੀ ਨਹੀਂ, ਉਹਨਾਂ ਦਾ ਆਪਣਾ ਲਾਈਫ ਸਟਾਈਲ ਹੈ, ਇੱਕੋ ਘਰ ਹੈ, ਇੱਕੋ ਜਿਹਾ ਸਾਡਾ ਪਾਲਣ ਪੋਸ਼ਣ ਹੈ, ਲੇਕਿਨ ਮੈਂ ਇਸ ਪਾਸੇ ਲੱਗ ਗਿਆ, ਔਰ ਮੈਂ ਕਿਤਾਬਾਂ ਦਿਨ ਰਾਤ ਕਿਤਾਬਾਂ ਵਿੱਚ ਡੁੱਬਿਆ, ਜਾਂ ਕ੍ਰੀਏਟੀਵਿਟੀ 'ਚ ਹਾਂ, ਜਾਂ ਕਿਤਾਬ ਵੱਲ ਸੋਚਦਾ, ਜਾਂ ਲਿਖਣ ਬਾਰੇ ਸੋਚਦਾ, ਜਾਂ ਫਿਲਮ ਮੇਕਿੰਗ ਬਾਰੇ ਸੋਚਦਾ, ਜਾਂ ਕਿਸੇ ਹੋਰ ਥੀਏਟਰ ਬਾਰੇ ਸੋਚਦਾ, ਮੈਨੂੰ ਕੁਛ ਨਾ ਕੁਛ ਕ੍ਰੀਏਟਿਵ ਸੋਚਦਾ। ਸਰ, ਜਿੱਦਾਂ ਕਿ ਤੁਸੀਂ ਸੁਣਾਇਆ ਕਿ ਤੁਸੀਂ ਨਾਟਕ ਵੀ ਲਿਖਦੇ ਹੋ ਅਤੇ ਫਿਰ ਤੁਹਾਡੇ ਪਲੇਅ ਵੀ ਹੁੰਦੇ ਹੋਣਗੇ? ਬਿਲਕੁਲ, ਪਲੇਅ ਬੜੇ। ਮੈਂ ਕੋਈ ਕਿਸੇ 2-3 ਪਲੇਆਂ ਦਾ ਨਾਮ ਸੁਣਾ ਦਿਓ। ਮੈਂ ਕਲਕੱਤੇ ਜਾਣ ਤੋਂ ਪਹਿਲਾਂ ਮੈਟ੍ਰਿਕ ਕੀਤੀ ਸੀ, ਜਦੋਂ ਮੈਂ 77 ਵਿੱਚ, ਮੈਂ 76 'ਚ ਮੈਟ੍ਰਿਕ ਕੀਤੀ, 77 ਵਿੱਚ ਮੈਨੂੰ ਡਾਕਟਰ ਦਵਿੰਦਰ ਸਿੰਘ, ਹੈੱਡ ਆਫ ਦੀ ਡਿਪਾਰਟਮੈਂਟ ਜੰਮੂ, ਪੰਜਾਬੀ ਡਿਪਾਰਟਮੈਂਟ ਦੇ ਹੈੱਡ ਸਨ, ਉਹਨਾਂ ਨੇ ਇੱਕ ਪਲੇਅ ਕੀਤਾ ਨਾਟਕਕਾਰ, ਉਸ ਦੇ ਵਿੱਚ ਉਹਨਾਂ ਨੇ ਮੈਨੂੰ ਪਹਿਲੀ ਵਾਰ ਨਾਟਕ ਦੇ ਵਿੱਚ ਮੌਕਾ ਦਿੱਤਾ। ਉਦੋਂ ਜੰਮੂ ਅਜੇ ਅਭਿਨਵ ਥੀਏਟਰ ਨਹੀਂ ਸੀ ਬਣਿਆ, ਬਣ ਰਿਹਾ ਸੀ, ਅਤੇ ਇਹ ਗੁਲਾਬ ਭਵਨ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਕਰਨ ਭਵਨ ਹੈ, ਉੱਥੇ ਨਾਟਕ ਹੋਇਆ। ਉਹਦੇ 'ਚ ਮੈਂ ਇੱਕ ਅਮਲੀ ਦਾ ਰੋਲ, ਇੱਕ ਨਸ਼ੇਬਾਜ਼ ਜਿਹੜੇ ਪੰਜਾਬ ਦੇ ਹੁੰਦੇ ਨੇ, ਉਸ ਤਰ੍ਹਾਂ ਦਾ ਇੱਕ ਰੋਲ ਸੀ, ਪਤਲੇ ਸੁੱਕੇ ਜਿਹੇ ਇੱਕ ਲੜਕੇ ਦਾ, ਉਹ ਮੈਂ ਕੀਤਾ। ਅਤੇ ਉਸ ਤੋਂ ਬਾਅਦ ਮੈਂ ਕਲਕੱਤਾ ਚਲਾ ਗਿਆ। ਕਲਕੱਤੇ ਜਾ ਕੇ ਫਿਰ ਉੱਥੇ ਬਲਦੇਵ ਸਿੰਘ, ਇੱਕ ਰਾਈਟਰ ਹੈ ਸਾਡਾ, ਬੜਾ ਨਾਮੀ ਰਾਈਟਰ, ਉਹਦਾ ਨਾਂ ਅੱਜ ਕੱਲ੍ਹ ਬੜਾ ਮਸ਼ਹੂਰ ਹੈ, ਬਲਦੇਵ ਸਿੰਘ ਸੜਕਨਾਮਾ ਕਹਿੰਦੇ ਨੇ, ਅੱਜ ਕੱਲ੍ਹ ਨਾਵਲਿਸਟ ਹੈ, ਉਦੋਂ ਉਹ ਡਰਾਮੇ ਵੀ ਲਿਖਦਾ ਸੀ ਔਰ ਕਹਾਣੀਆਂ ਲਿਖਦਾ ਸੀ। ਉਸਨੇ ਇੱਕ ਡਰਾਮਾ ਬੰਗਾਲੀ ਦਾ ਅਡਾਪਟ ਕੀਤਾ, ਮਾਰੀ ਸੰਵਾਦ, ਮਾਰੀ ਸੰਵਾਦ ਬੰਗਾਲੀ ਨਾਟਕ ਸੀ, ਉਸਨੂੰ ਉਹਨਾਂ ਨੇ ਸੋਨੇ ਦਾ ਹਿਰਨਾ ਦੇ ਨਾਲ ਪੰਜਾਬੀ 'ਚ ਖੇਡਿਆ, ਔਰ ਸੋਨੇ ਦਾ ਹਿਰਨ ਦਾ ਰੋਲ ਜਿਹੜਾ ਮਾਰੀ ਦਾ ਰੋਲ ਮੈਨੂੰ ਉਹਨਾਂ ਨੇ ਦਿੱਤਾ, ਮੇਨ ਰੋਲ ਸੀ। ਉਸ ਇਸ ਤਰ੍ਹਾਂ ਮੇਰਾ ਉੱਥੇ ਵੀ ਇੱਕ ਸਿਸਟਮ ਸ਼ੁਰੂ ਹੋ ਗਿਆ ਐਕਟਿੰਗ ਦਾ। ਅੱਛਾ, ਤੁਸੀਂ ਫਿਰ ਨਾਲ ਨਾਲ ਐਕਟਿੰਗ ਕਰਨਾ ਵੀ ਸ਼ੁਰੂ ਕਰ ਦਿੱਤੀ? ਐਕਟਿੰਗ ਕਰਨੀ ਸ਼ੁਰੂ ਕਰਤੀ, ਔਰ ਐਕਟਿੰਗ ਦੇ ਨਾਲ ਨਾਲ ਹੀ ਮੇਰੇ ਕੋਈ ਦੋਸਤ ਹਨ ਕਲਕੱਤੇ, ਜਿਨ੍ਹਾਂ ਨੇ ਜਿਹੜੇ ਨਾਟਕ ਕਰਦੇ ਸੀ ਹਿੰਦੀ ਵਿੱਚ, ਹਾਂਜੀ, ਉਹ ਮੇਰੀਆਂ ਕਹਾਣੀਆਂ ਪੰਜਾਬੀ ਵੀ ਸੁਣਦੇ ਸਨ, ਤਾਂ ਕਹਿੰਦੇ ਸਨ ਇਸ ਕਹਾਣੀ 'ਤੇ ਸਾਨੂੰ ਹਿੰਦੀ 'ਚ ਨਾਟਕ ਬਣਾ ਦੇ। ਉਹ ਫਿਰ ਮੈਂ ਨਾਟਕ ਜਿਹੜੇ ਨੇ ਉਹਨਾਂ ਨੂੰ ਕਈਆਂ ਨੂੰ ਬਣਾ ਕੇ ਦਿੱਤੇ, ਕਹਾਣੀ ਮੇਰੀ ਪੰਜਾਬੀ
ਲੇਕਿਨ ਉਸ ਨਾਟਕ ਉਹਨਾਂ ਪੰਜਾਬੀ ਮਨੇ ਰਾਈਟ ਲੇਖਕ ਹਾਂ, ਪਰ ਉਹ ਜਿਹੜੇ ਨਾਟਕ ਨੇ ਉਹ ਹਿੰਦੀ 'ਚ ਨੇ, ਉਹ ਮੂਲ ਹਿੰਦੀ ਦੇ। ਅੱਛਾ ਅੱਛਾ, ਫਿਰ ਤੁਸੀਂ ਪੰਜਾਬੀ ਦੇ ਨਾਲ ਨਾਲ ਹਿੰਦੀ 'ਚ ਵੀ ਲਿਖਦੇ? ਹਿੰਦੀ 'ਚ ਵੀ ਲਿਖਦਾ ਰਿਹਾ ਔਰ ਉਰਦੂ 'ਚ ਗਜ਼ਲਾਂ ਲਿਖਦਾ। ਅੱਛਾ ਸਰ, ਫਿਰ ਕੁਛ ਹੋ ਜਾਏ ਜਿਹੜਾ ਤੁਸੀਂ ਲਿਖਦੇ ਹੋ ਉਹਦੇ 'ਚ, ਕੋਈ ਪੋਇਟਰੀ ਹੋ ਜਾਏ, ਕੋਈ ਗਜ਼ਲ ਹੋ ਜਾਏ, ਜੋ ਤੁਹਾਡੀ ਮਨਪਸੰਦ ਚੀਜ਼ ਹੋਏ ਸਾਨੂੰ ਸੁਣਾ ਦਿਓ, ਅਸੀਂ ਸਾਰੇ ਸੁਣ ਲਈਏ। ਨਹੀਂ, ਐਸੀ ਕੋਈ ਗੱਲ ਨਹੀਂ ਹੈ, ਤੁਹਾਨੂੰ ਸੁਣਾ ਦਿਆਂਗੇ। ਹਾਂਜੀ ਸੁਣਾਓ ਫਿਰ। ਮੇਰੀ ਇੱਕ ਗਜ਼ਲ ਜਿਹੜੀ ਮੈਨੂੰ ਜ਼ੁਬਾਨੀ ਯਾਦ ਹੈ। ਹਾਂਜੀ ਹਾਂਜੀ। ਜ਼ਮਾਨੇ ਰੂਹ ਵਿੱਚ ਤੇਰੀ ਜਦੋਂ ਤੱਕ ਮਾਨਵੀ ਤੰਦਾਂ, ਜ਼ਮਾਨੇ ਰੂਹ ਵਿੱਚ ਤੇਰੀ ਜਦੋਂ ਤੱਕ ਮਾਨਵੀ ਤੰਦਾਂ, ਨਵੇਂ ਇਤਿਹਾਸ ਲਿਖ ਜਾਣੇ ਇਹਨਾਂ ਮਜ਼ਬੂਤ ਸੰਬੰਧਾਂ, ਬਚੀ ਨਾ ਕੰਧ ਬਰਲਨ ਦੀ ਇਹਨਾਂ ਵੀ ਟੁੱਟਣਾ ਇੱਕ ਦਿਨ ਨੂੰ, ਸਾਰੋ ਆਦਮੀ ਅਤੇ ਆਦਮੀ ਵਿੱਚ ਹੋਰ ਨਾ ਕੰਧਾਂ, ਅਤੇ ਕਿਸੇ ਜਦ ਪੱਥਰਾਂ ਵਿੱਚ ਧੜਕਣਾਂ ਦੀ ਬਾਤ ਕੀਤੀ ਤਾਂ, ਕਿਸੇ ਜਦ ਪੱਥਰਾਂ ਵਿੱਚ ਧੜਕਣਾਂ ਦੀ ਬਾਤ ਕੀਤੀ ਤਾਂ, ਉਦੋਂ ਹੀ ਖੂਬਸੂਰਤ ਮੂਰਤੀ ਘੜ ਲਈ ਹੁਨਰਮੰਦਾਂ। ਹੈਂ, ਭਲਾ ਕੀ ਜਾਣਦੇ ਮਿੱਟੀ 'ਚ ਜੋ ਮਿੱਟੀ ਨਹੀਂ ਹੋਏ, ਭਲਾ ਕੀ ਜਾਣਦੇ ਮਿੱਟੀ 'ਚ ਜੋ ਮਿੱਟੀ ਨਹੀਂ ਹੋਏ, ਯਥਾਰਥ ਜਾਣਿਆ ਲਗਟਾਟ ਵਿੱਚ ਰੇਸ਼ਮ ਦੇ ਪੈਬੰਦਾਂ। ਹੈਂ, ਅਤੇ ਮਿਲੀ ਹੈ ਜ਼ਿੰਦਗੀ ਜੀਕਣ ਕੋਈ ਬੱਟਲ ਜਿਹੀ ਲੱਕੜੀ, ਮਿਲੀ ਹੈ ਜ਼ਿੰਦਗੀ ਜੀਕਣ ਕੋਈ ਬੱਟਲ ਜਿਹੀ ਲੱਕੜੀ, ਨਹੀਂ ਪੱਧਰੀ ਕਦੇ ਹੋਈ ਮੈਂ ਭਾਵੇਂ ਰੋਜ਼ ਹੀ ਰੰਦਾ, ਨਹੀਂ ਪੱਧਰੀ ਕਦੇ ਹੋਈ ਮੈਂ ਭਾਵੇਂ ਰੋਜ਼ ਹੀ ਰੰਦਾ, ਅਤੇ ਉਹੀ ਬਸਿਆ ਆਪਣਾ ਜਿਸ ਨਾਲ ਇਹ ਧਰਤੀ ਹੈ ਵਾਬਸਤਾ, ਉਹੀ ਬਸਿਆ ਆਪਣਾ ਜਿਸ ਨਾਲ ਇਹ ਧਰਤੀ ਹੈ ਵਾਬਸਤਾ, ਉਸਾਰੋ ਆਦਮੀ ਅਤੇ ਆਦਮੀ ਵਿੱਚ ਹੋਰ ਨਾ ਕੰਧਾਂ, ਉਸਾਰੋ ਆਦਮੀ ਅਤੇ ਆਦਮੀ ਵਿੱਚ ਹੋਰ ਨਾ ਕੰਧਾਂ। ਸੋ ਬਿਊਟੀਫੁਲ ਸਰ, ਸੋ ਬਿਊਟੀਫੁਲ। ਔਰ ਸਰ ਮੈਨੂੰ ਸੁਣਾਓ ਕਿ ਸਾਡੇ ਜੋ ਜੰਮੂ ਦੀ ਸਥਿਤੀ ਹੈ ਪੰਜਾਬੀ ਨੂੰ ਲੈ ਕੇ, ਮਤਲਬ ਕਿ ਸਾਡੇ ਜੰਮੂ ਐਂਡ ਕਸ਼ਮੀਰ 'ਚ ਵਿਸ਼ਵ ਵਿਦਿਆਲਿਆਂ 'ਚ, ਸਕੂਲਾਂ 'ਚ ਪੰਜਾਬੀ ਦਾ ਕੀ, ਮਤਲਬ ਇਸ ਟਾਈਮ ਕੀ ਚੱਲ ਰਿਹਾ, ਕੀ ਇਨਵਾਇਰਮੈਂਟ? ਜਦੋਂ ਮੈਂ ਪੜ੍ਹਦਾ ਸਾਂ ਉਦੋਂ ਪੰਜਾਬੀ ਜਿਹੜੀ ਸੀ ਉਹ 10ਵੀਂ ਦੇ ਵਿੱਚ 3, ਜਦੋਂ ਅਸੀਂ ਟ੍ਰਾਂਸਲੇਸ਼ਨ ਕਰਦੇ ਸਾਂ ਅੰਗਰੇਜ਼ੀ ਦੀ, ਉਹਦੇ ਆਉਂਦਾ ਸੀ ਕਿ ਉਰਦੂ, ਹਿੰਦੀ ਜਾਂ ਪੰਜਾਬੀ, ਇਹਨਾਂ 'ਚੋਂ ਕਿਸੇ ਇੱਕ 'ਚ ਟ੍ਰਾਂਸਲੇਟ ਕਰੋ ਇੰਗਲਿਸ਼ ਦਾ ਪੈਰ। ਉਦੋਂ ਪੰਜਾਬੀ ਸਾਨੂੰ, ਮੈਂ 8ਵੀਂ 'ਚ ਪੰਜਾਬੀ ਪੜ੍ਹੀ ਸਕੂਲ 'ਚ, ਉਦੋਂ ਪੰਜਾਬੀ ਵੀ ਪੜ੍ਹਾਉਂਦੇ ਸਨ, 8ਵੀਂ ਤੋਂ ਪੜ੍ਹ ਰਿਹਾ ਸਨ, ਇਹਦਾ ਮਤਲਬ 9ਵੀਂ 10ਵੀਂ 'ਚ ਵੀ ਹੋਏਗੀ। ਲੇਕਿਨ 76-77 ਤੋਂ ਬਾਅਦ ਉਹ ਜਿਹੜੀ ਪੰਜਾਬੀ ਦੀ ਪਹਿਲੀ ਪੋਜੀਸ਼ਨ ਸੀ ਉਹ ਰਹੀ ਨਹੀਂ, ਕਿਉਂਕਿ 3 ਭਾਸ਼ਾਈ ਫਾਰਮੂਲਾ ਲਾਗੂ ਹੋਇਆ, ਤਾਂ ਉਹਦੇ 'ਚ ਜਿਹੜੀ ਮਾਤ ਭਾਸ਼ਾਵਾਂ ਸਨ ਉਹਨਾਂ ਨੂੰ ਬੜਾ ਨੁਕਸਾਨ ਹੋਇਆ ਹੈ। ਠੀਕ ਹੈ ਨਾ, ਇਸ ਤਰ੍ਹਾਂ ਉਹ ਜਿਹੜੀ ਮਾਂ ਬੋਲੀ ਕਈਆਂ ਨੇ ਜਿਹੜੀ ਉਹ ਇੱਕ ਸੀ ਭਾਈ ਜੰਮੂ ਕਸ਼ਮੀਰ ਦੀ ਭਾਸ਼ਾ ਉਹ ਉਰਦੂ ਹੈ, ਇੱਕ ਹੈ ਸੈਂਟਰ ਦੀ ਭਾਸ਼ਾ ਉਹ ਹਿੰਦੀ ਹੈ, ਇੱਕ ਇੰਗਲਿਸ਼ ਹੈ, 3 ਭਾਸ਼ਾਈ ਫਾਰਮੂਲੇ 'ਚ ਮਾਤ ਭਾਸ਼ਾਵਾਂ ਜਿਹੜੀਆਂ ਸਨ ਬਾਹਰ ਹੋ ਗਈਆਂ। ਉਹਦੇ ਲਈ ਫਿਰ ਕਾਫੀ ਸਟਰਗਲ ਕੀਤੀ ਬਾਕੀ ਭਾਸ਼ਾਵਾਂ ਨੇ ਵੀ, ਡੋਗਰੀ ਵਾਲਿਆਂ ਨੇ ਕੀਤੀ, ਕਸ਼ਮੀਰੀ ਵਾਲਿਆਂ ਨੇ ਕੀਤੀ, ਅਤੇ ਫਿਰ ਉਹ ਦੁਬਾਰਾ ਇੰਟਰੋਡਿਊਸ ਹੋਈਆਂ, ਹੁਣ ਇਹ ਇੰਟਰੋਡਿਊਸ ਹੋ ਗਈਆਂ ਨੇ, ਲੇਕਿਨ ਅਜੇ ਉਹ ਜਿਹਾ ਮਾਹੌਲ ਹੈ ਨਹੀਂ ਬਣ ਰਿਹਾ, ਬੱਚੇ ਅਜੇ ਉਹ ਸਬਜੈਕਟਸ ਨੂੰ ਨਹੀਂ ਲੈ ਰਹੇ। ਹਾਲਾਂਕਿ ਗੌਰਮੈਂਟ ਜਾਂ ਜਿਹੜੇ ਸਾਡੇ ਜਿਹੜੇ ਪਤਵੰਤੇ ਸੱਜਣ ਨੇ, ਉਹ ਸਾਰੇ ਘਰ ਘਰ ਜਾ ਕੇ ਬੱਚਿਆਂ ਨੂੰ ਇਸ ਗੱਲੋਂ ਸੁਚੇਤ ਕਰ ਰਹੇ ਨੇ ਕਿ ਤੁਹਾਨੂੰ ਆਪਣੀ ਮਦਰ ਜਿਹੜੀ ਮਾਤ ਭਾਸ਼ਾ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਸ 'ਤੇ ਹੁਣ ਅੱਗੇ ਜਿਹੜਾ ਜਿਸ ਤਰ੍ਹਾਂ ਸਾਂ ਕੋਈ ਥੋੜ੍ਹੀ ਚੇਂਜਿਸ ਆ ਰਹੀ ਹੈ ਐਜੂਕੇਸ਼ਨ ਸਿਸਟਮ ਵਿੱਚ, ਉਹ ਨੰਬਰ ਜਿਹੜੇ ਪੰਜਾਬੀ ਦੇ ਤੁਹਾਡੇ ਉਹ ਸ਼ਾਮਿਲ ਵੀ ਹੋਣਗੇ ਤੁਹਾਡੇ ਉਹਦੇ ਬਾਕੀ ਨੰਬਰਾਂ ਵਿੱਚ, ਤਾਂ ਉਹਦਾ ਮਤਲਬ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਉਸਦਾ, ਅਤੇ ਇਹ ਇੱਕ ਅੱਛੀ ਇੱਕ ਪਹਿਲ ਹੈ। ਅਤੇ ਇਸ ਤਰ੍ਹਾਂ ਜੰਮੂ ਰੇਡੀਓ ਜਾਂ ਸ੍ਰੀਨਗਰ ਰੇਡੀਓ ਤੋਂ ਪ੍ਰੋਗਰਾਮ ਚੱਲਦੇ ਨੇ ਹਫ਼ਤੇ ਵਿੱਚ 2-3 ਦਿਨ, ਜਾਂ ਇਸ ਤਰ੍ਹਾਂ ਦੂਰਦਰਸ਼ਨ ਤੋਂ ਵੀ ਪ੍ਰੋਗਰਾਮ ਚੱਲਦੇ ਨੇ ਪੰਜਾਬੀ ਦੇ, ਲੇਕਿਨ ਜਿੰਨੇ ਚੱਲਣੇ ਚਾਹੀਦੇ ਨੇ ਉਨੇ ਨਹੀਂ ਚੱਲਦੇ, ਕਿਉਂਕਿ ਪੰਜਾਬੀ ਇੱਕ ਮੁੱਖ ਭਾਸ਼ਾ ਹੈ ਇੱਥੋਂ ਦੀ। ਤੁਸੀਂ ਬਾਜ਼ਾਰ ਜਾਓ, ਕਿਸੇ ਨਾਲ ਗੱਲ ਕਰੋ, ਤੁਹਾਨੂੰ ਹਰ ਬੰਦਾ ਪੰਜਾਬੀ ਬੋਲਦਾ ਨਜ਼ਰ ਆਏਗਾ। ਤੁਸੀਂ ਪਿੰਡਾਂ ਵਿੱਚ ਚਲੇ ਜਾਓ, ਉੱਥੇ ਹਰ ਬੰਦਾ ਨੂੰ ਪੰਜਾਬੀ ਬੋਲਦਾ ਨਜ਼ਰ ਆਏਗਾ। ਈਵਨ ਤੁਸੀਂ ਜਿਹੜੇ ਬਾਰਡਰ ਪਾਰਲਿਆਂ ਨੂੰ ਅਗਰ ਕੋਈ ਸੰਦੇਸ਼ ਦੇਣਾ ਜਾਂ ਉਹਨਾਂ 'ਤੇ ਕੋਈ ਆਪਣਾ ਪ੍ਰਭਾਵ ਪਾਉਣਾ, ਫਿਰ ਵੀ ਤੁਸੀਂ ਪੰਜਾਬੀ ਬੋਲਣਾ ਬੜਾ ਜ਼ਰੂਰੀ ਹੈ। ਇਸ ਲਈ ਪੰਜਾਬੀ ਨੂੰ ਪਹਿਲੇ ਜਿਹੜਾ ਜੰਮੂ ਰੇਡੀਓ ਸੀ, ਉਸਦੇ ਸਭ ਤੋਂ ਜ਼ਿਆਦਾ ਖੱਤ ਪਾਰੋਂ ਆਉਂਦੇ ਸਨ, ਪਰਲੇ ਮੈਨੇ ਪਾਕਿਸਤਾਨ ਤੋਂ ਆਉਂਦੇ ਸਨ, ਉਹ ਲੋਕ ਰੇਡੀਓ ਬੜਾ ਸੁਣਦੇ ਸਨ, ਉੱਥੋਂ ਫਰਮਾਇਸ਼ਾਂ ਆਉਂਦੀਆਂ ਸਨ। ਘੁੱਗੂ ਦਾ ਵਿਆਹ ਬੜਾ ਮਸ਼ਹੂਰ ਸਾਡਾ ਇੱਕ ਪ੍ਰੋਗਰਾਮ ਹੁੰਦਾ ਸੀ ਇੱਥੇ ਪੰਜਾਬੀ ਦਾ, ਉਸਦਾ ਮੈਂ ਅਗਰ ਤੁਹਾਨੂੰ, ਤੁਸੀਂ ਬੱਚੇ ਤੁਹਾਨੂੰ ਨਹੀਂ ਪਤਾ ਹੋਏਗਾ, ਲੇਕਿਨ ਉਹ ਉਸ ਜ਼ਮਾਨੇ ਵਿੱਚ ਰੇਡੀਓ ਬਹੁਤ ਸੁਣਿਆ ਜਾਂਦਾ ਸੀ, ਕਿਉਂਕਿ ਹੋਰ ਕੋਈ ਨਹੀਂ ਸੀ, ਜਾਂ ਫਿਲਮ ਜਾਂ ਰੇਡੀਓ ਦੋ ਹੀ ਸਨ, ਜਾਂ ਟੈਲੀ ਡਰਾਮਾ ਕਦੇ ਕਦਾ ਹੀ ਹੁੰਦਾ ਸੀ। ਅਤੇ ਇਸ ਲਈ ਉਹ ਜਿਹੜਾ ਰੇਡੀਓ ਦਾ ਜਿਹੜਾ ਉਹ ਦੌਰ ਸੀ, ਉਸ ਦੌਰ ਵਿੱਚ ਪੰਜਾਬੀ ਦੀ ਬੜੀ ਮਕਬੂਲੀਅਤ ਸੀ, ਉਹ ਹੁਣ ਹੌਲੀ ਹੌਲੀ ਜਿਹੜੀ ਉਸ ਤਰ੍ਹਾਂ ਦੇ ਪ੍ਰੋਗਰਾਮ ਘੱਟ ਰਹੇ ਨੇ ਰੇਡੀਓ 'ਤੇ, ਟੈਲੀਵਿਜ਼ਨ 'ਤੇ, ਲੇਕਿਨ ਇਹ ਵਧਣੇ ਚਾਹੀਦੇ ਨੇ। ਜੀ ਜੀ, ਉਹ ਤਾਂ। ਅਤੇ ਸਰ, ਤੁਸੀਂ ਸਾਡੇ ਜੰਮੂ ਐਂਡ ਕਸ਼ਮੀਰ ਦੀ ਜੋ ਕੁੜੀਆਂ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ? ਦੇਖੋ, ਕੁੜੀਆਂ ਹੋਣ ਜਾਂ ਮੁੰਡੇ ਹੋਣ, ਸਭ ਬਰਾਬਰ ਨੇ। ਮੈਂ ਕੁੜੀਆਂ ਨੂੰ, ਉਹਨਾਂ ਮੇਰੀਆਂ ਆਪਣੀਆਂ 2 ਬੇਟੀਆਂ ਨੇ, ਬੇਟਾ ਹੈ, ਲੇਕਿਨ ਕੁੜੀਆਂ ਦਾ ਇਹ ਕਿ ਪੜ੍ਹਾਈ ਤੁਸੀਂ ਅੱਜ ਕੱਲ੍ਹ ਜਿਸ ਤਰ੍ਹਾਂ ਕਰ ਰਹੇ ਨੇ, ਸਾਰੇ ਕਰ ਰਹੇ ਨੇ, ਇੱਕ ਮਾਂ ਪਿਓ ਜਿਹੜੇ ਬੱਚਿਆਂ 'ਤੇ ਸਟ੍ਰੈਸ ਪਾ ਰਹੇ ਨੇ, ਇਹ ਤੂੰ ਇੰਨੇ ਪ੍ਰਸੈਂਟ ਨੰਬਰ ਲੈਣੇ ਹੀ ਲੈਣੇ। ਹੈਂ, ਇਹ ਜਿਹੜਾ ਸਟ੍ਰੈਸ ਹੈ ਨਾ, ਬੱਚੇ ਨੂੰ ਨਹੀਂ ਦੇਣਾ ਚਾਹੀਦਾ। ਮੈਂ ਮੰਨ ਕੇ ਚੱਲਦਾ, ਸਾਨੂੰ ਸਾਡੇ ਮਾਂ ਪਿਓ ਨੇ ਕਦੇ ਨਹੀਂ ਕਿਹਾ ਵੀ ਤੁਸੀਂ, ਉਹਨੇ ਕਿਹਾ ਅੱਛਾ ਪੜ੍ਹੋ, ਅੱਛੇ ਨੰਬਰ ਲਓ, ਲੇਕਿਨ ਇਹਦੇ ਸਾਡੇ ਉੱਪਰ ਇੰਨਾ ਸਟ੍ਰੈਸ ਨਹੀਂ ਹੁੰਦਾ ਵੀ ਤੁਸੀਂ ਇੰਨਾ ਕਰਨਾ ਹੀ ਕਰਨਾ ਇਸ ਤਰ੍ਹਾਂ, ਜਿਸ ਤਰ੍ਹਾਂ ਹੁਣ ਬੱਚੇ ਦਿਨ ਰਾਤ ਕਰਕੇ। ਉਹ ਕੀ ਹੁੰਦਾ ਕਿ ਤੁਸੀਂ, ਉਹ ਜਿਹੜਾ ਬੱਚਾ ਪੜ੍ਹ ਲਿਖ ਕੇ, ਉਹ ਬਹੁਤ ਸਾਰੀਆਂ ਹੋਰ ਗੱਲਾਂ ਤੋਂ ਵਿਰਵਾ ਰਹਿ ਜਾਂਦਾ, ਪਹਿਲਾਂ ਉਹਨਾਂ ਤੋਂ ਪਿੱਛੇ ਰਹਿ ਜਾਂਦਾ।
ਤੁਸੀਂ ਜ਼ਿੰਦਗੀ 'ਚ ਬੱਚਾ ਹੋਰ ਕਈ ਕੋਈ ਕਰ ਸਕਦਾ, ਜਿਸ ਤਰ੍ਹਾਂ ਮੈਂ ਰਾਈਟਰ ਬਣਨਾ ਸੀ, ਮੈਂ ਡਾਕਟਰ ਬਣ ਕੇ ਵੀ ਡਾਕਟਰੀ ਨਹੀਂ ਕੀਤੀ, 5 ਸਾਲ ਕਰੀ ਛੱਡਤੀ, ਲੇਕਿਨ ਫਿਰ ਵੀ ਮੈਂ ਕਮਾਇਆ ਪੈਸੇ, ਆਪਣਾ ਘਰ ਬਣਾਇਆ, ਸਭ ਕੁਝ ਕੀਤਾ। ਅਤੇ ਇਹਦਾ ਮਤਲਬ ਕਿ ਬੰਦਾ ਕਮਾਉਣਾ ਚਾਹੇ ਤਾਂ ਆਪਣੇ ਸ਼ੌਕ ਨਾਲ ਵੀ ਕਮਾ ਸਕਦਾ, ਠੀਕ ਹੈ ਨਾ। ਜ਼ਰੂਰੀ ਨਹੀਂ ਤੁਸੀਂ ਪਹਿਲੇ ਹੁੰਦਾ ਸੀ ਡਾਕਟਰ ਬਣਾਓ, ਇੰਜੀਨੀਅਰ ਬਣਾਓ, ਲੇਕਿਨ ਹੁਣ ਇੰਨੇ ਫੀਲਡ ਖੁੱਲ੍ਹ ਗਏ ਨੇ, ਕੋਈ ਐਮ ਟੈਕ ਕਰ ਰਿਹਾ, ਕੋਈ ਆਪਣਾ ਮਾਸ ਕਮਿਊਨੀਕੇਸ਼ਨ ਕਰ ਰਿਹਾ, ਬੜੇ ਫੀਲਡ ਨੇ ਹੁਣ ਤਾਂ, ਇਤਨੇ ਫੀਲਡ ਨੇ ਕਿ ਬੱਚਾ ਜਿਸ ਪਾਸੇ ਜਾਣਾ ਚਾਹੇ। ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਜਿਹੜਾ ਨਵੇਂ ਬੱਚੇ ਨੇ, ਬੱਚੀਆਂ ਨੇ, ਸਟ੍ਰੈਸ ਲੈ ਕੇ ਕੰਮ ਨਾ ਕਰੋ, ਥੋੜ੍ਹਾ ਨੈਚੁਰਲੀ ਇੱਕ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਫ੍ਰੀ ਰੱਖ ਕੇ, ਜਿਹੜਾ ਤੁਹਾਡਾ ਸ਼ੌਕ ਹੈ ਉਸਨੂੰ ਧਿਆਨ 'ਚ ਰੱਖ ਕੇ ਆਪਣੀ ਪੜ੍ਹਾਈ ਕਰੋ, ਅਤੇ ਬੜੇ ਫੀਲਡ ਨੇ ਤੁਹਾਡਾ, ਜਿਹੜੀ ਲਾਈਕਿੰਗ ਦਾ ਫੀਲਡ ਹੈ ਉਸ ਫੀਲਡ ਵਿੱਚ ਵੀ ਬੜੇ ਦਰਵਾਜ਼ੇ ਖੁੱਲ੍ਹ ਜਾਣਗੇ, ਮੈਂ ਮੰਨ ਕੇ ਚੱਲਦਾ। ਅਤੇ ਸਰ ਕੋਈ ਐਸੀ ਘਟਨਾ ਜਿਹੜੀ ਤੁਹਾਡੇ ਨਾਲ ਹੋਈ ਹੋਵੇ ਅਤੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤੇ? ਘਟਨਾਵਾਂ ਤਾਂ ਬੜੀਆਂ ਹੁੰਦੀਆਂ ਨੇ, ਹੁਣ ਇਸ ਲਈ ਘਟਨਾ ਤੁਹਾਨੂੰ ਕਿਹੜੀ ਮੈਂ ਸਾਂਝੀ ਕਰਾਂ? ਕੋਈ ਫਨੀ ਜੀ, ਕੋਈ ਫਨੀ ਮੈਂ ਤੁਹਾਨੂੰ ਦੱਸਦਾ। ਮੈਂ ਕਲਕੱਤੇ ਸ਼ੂਟਿੰਗ ਦੇਖ ਰਿਹਾ ਸਾਂ, ਬੰਗਾਲੀ ਉੱਥੇ ਸਟੂਡੀਓ 'ਚ ਜਾ ਕੇ, ਮੈਂ ਤੁਹਾਨੂੰ ਦੱਸਾਂ ਮੈਂ ਫਿਲਮਾਂ ਵਾਲੇ ਪਾਸੇ ਕਿਸ ਤਰ੍ਹਾਂ ਮੇਰਾ ਹੋਇਆ। ਮੈਂ ਫਿਲਮ ਦੀ ਸ਼ੂਟਿੰਗ ਦੇਖ ਰਿਹਾ ਸਾਂ ਤਾਂ ਬੰਗਾਲੀ ਫਿਲਮ ਦਾ ਸੀਨ ਚੱਲ ਰਿਹਾ ਸੀ, ਉਹ ਇੱਕ ਖਿੜਕੀ ਬਣਾਈ ਸੀ ਰੇਲ ਦੀ ਉਹਨਾਂ ਨੇ, ਰੇਲ ਦਾ ਅੰਦਰਲਾ ਪਾਸਾ ਸੀ, ਖਿੜਕੀ ਬਣਾਈ ਉਹਨਾਂ ਨੇ, ਉਹ 7-8 ਫੁੱਟ ਦੀ ਖਿੜਕੀ ਉਹੀ ਬਣੀ ਹੋਈ ਸੀ, ਅਤੇ ਉੱਥੇ ਜਿਹੜਾ ਹੀਰੋ ਹੈ ਇੱਕ ਸਟੂਲ 'ਤੇ ਬੈਠ ਕੇ ਐਵੇਂ ਹਿੱਲ ਰਿਹਾ ਸੀ ਉਸ ਤਰ੍ਹਾਂ, ਤਾਂ ਕਿ ਲੱਗੇ ਪਈ ਰੇਲ 'ਚ ਬੈਠਾ ਚੱਲ ਰਿਹਾ, ਰੇਲ ਦਾ ਅੰਦਰਲਾ ਪਾਸਾ ਸੀ, ਬਾਹਰ ਉਹਦੇ ਪਿੱਛੇ ਇੱਕ ਲਾਈਟ ਲੱਗੀ ਸੀ, ਇੱਕ ਪੱਖਾ ਪਿਆ ਸੀ, ਪੱਖੇ ਨਾਲ ਉਹਦੇ ਬਾਲ ਹਿੱਲ ਰਹੇ ਸੀ, ਪੱਖਾ ਚਲਾਇਆ ਸੀ ਪਿੱਛੋਂ ਨੇ ਫੈਨ ਜਿਹਾ, ਤਾਂ ਉਹ ਸੀਨ ਸੀ ਥੋੜ੍ਹਾ ਜਿਹਾ, ਤਾਂ ਮੈਂ ਦੇਖਿਆ ਸੀਨ, ਅਤੇ ਮੈਨੂੰ ਜਿਹੜਾ ਡਾਇਰੈਕਟਰ ਹੈ ਉਹਨੇ ਮਜ਼ਾਕ ਕਰਨ ਦੇ ਲਹਿਜ਼ੇ 'ਚ ਪੁੱਛਿਆ, ਕਿਉਂ ਸਰਦਾਰ ਜੀ ਕੈਸਾ ਲਗਾ? ਉਹਨੇ ਸੋਚਿਆ ਇਹਨੂੰ, ਇਹਨੇ ਸਰਦਾਰ ਨੂੰ ਇਹਨੂੰ ਕੀ ਪਤਾ ਹੈ ਸਮਝ ਆ, ਤਾਂ ਮੈਂ ਕਿਹਾ ਜੀ ਬੜਾ ਅੱਛਾ ਸੀਨ ਹੈ। ਕਹਿੰਦਾ ਨਹੀਂ ਨਹੀਂ ਸਹੀ ਸਹੀ ਬੋਲੋ ਕੈਸਾ ਲਗਾ। ਮੈਂ ਕਿਹਾ ਸਰ ਇਹ ਸੀਨ ਕਹਾਂ ਕਾ ਹੈ? ਕਹਿੰਦਾ ਜੀ ਇਹ ਸੀਨ ਤੋਂ ਅਭੀ ਰੇਲ ਉਧਰ ਸੇ ਨਿਕਲੀ ਹੈ ਸਟੇਸ਼ਨ ਸੇ। ਮੈਂ ਕਿਹਾ ਸਟੇਸ਼ਨ ਸੇ ਨਿਕਲੀ ਹੈ ਫਿਰ ਸਰ ਫਿਰ ਆਪਕਾ ਸੀਨ ਨਹੀਂ ਬਣਾ। ਉਹ ਪਰੇਸ਼ਾਨ ਹੋ ਗਿਆ ਵੀ ਇਹ ਕੱਲ੍ਹ ਦਾ ਮੁੰਡਾ 10ਵੀਂ 12ਵੀਂ ਪੜ੍ਹਿਆ, ਇਹ ਮੈਨੂੰ ਕਹਿ ਰਿਹਾ ਤੁਹਾਡਾ ਸੀਨ ਨਹੀਂ ਬਣਿਆ। ਮੈਂ ਕਿਹਾ ਸਰ ਜਬ ਟ੍ਰੇਨ ਸਟੇਸ਼ਨ ਸੇ ਨਿਕਲਤੀ ਹੈ ਨਾ, ਖੰਭੋ ਕੇ ਸਾਥ ਲਾਈਟ ਛਨ ਛਨ ਕੇ ਪੜਤੀ ਹੈ ਚਿਹਰੇ ਪਰ, ਆਪਕੀ ਲਾਈਟ ਸਟੇਟ ਹੈ, ਜੈਸੇ ਬਿਲਕੁਲ ਇੱਕਦਮ ਫਿੱਟ ਗਾੜੀ ਚੱਲ ਰਹੀ ਹੈ, ਉਹ ਹਿੱਲ ਵੀ ਰਿਹਾ ਹੈ, ਆਪਕੇ ਵਹਾਂ ਸੇ ਜਬ ਟ੍ਰੇਨ ਚਲੇਗੀ ਖੰਭੇ ਹੋਗੇ, ਵਹਾਂ ਖੰਭੇ ਪਾਸੇ ਲਾਈਟ, ਇੱਕ ਖੰਭੇ ਸੇ ਦੂਸਰੀ ਲਾਈਟ, ਖੰਭੇ ਕੀ ਤੀਸਰੀ, ਤਾਂ ਲਾਈਟ ਛਨ ਛਨ ਕੇ ਪੜੇਗੀ। ਫਿਰ ਮੈਂ ਉਸਨੂੰ ਪਿਛਲੀ ਲਾਈਟ ਕੋਲ ਜਾ ਕੇ ਇੱਕ ਫਾਈਲ ਲੈ ਕੇ ਘੁਮਾ ਕੇ ਦੱਸਿਆ ਵੀ ਇਸ ਤਰ੍ਹਾਂ ਆਸਤੇ ਆਸਤੇ ਚੱਲੀ ਟ੍ਰੇਨ, ਪਹਿਲੇ ਇੱਕ ਵਾਰੀ ਫਾਈਲ ਘੁਮਾਈ, 2 ਵਾਰੀ ਘੁਮਾਈ, ਉਹ ਲਾਈਟ ਛਣ ਕੇ ਪੈਂਦੀ ਸੀ ਉਹਦੇ 'ਤੇ, ਉਹ ਲੱਗਦਾ ਸੀ ਹਾਂ ਵਾ ਖੰਭੇ ਗੁਜ਼ਰ ਰਹੇ, ਤਾਂ ਉਹ ਲਾਈਟ ਪੈ ਰਹੀ। ਉਹ ਵਾਕਈ ਉਸ ਬੰਦੇ ਨੂੰ ਇੰਨਾ ਹੋ ਗਿਆ ਵੀ ਯਾਰ ਗਲਤ ਸਹੀ ਹੈ, ਉਹਨੇ ਆਪਣਾ ਲਾਈਟ ਮੈਨ ਬੁਲਾਇਆ, ਉਹਨੇ ਕਿਹਾ ਦੇਖੋ ਕਿਤਨਾ ਵੱਡੀ ਨੁਕਸਾਨ ਹੈ, ਨੁਕਸ ਕੱਢਿਆ ਇਸ ਬੰਦੇ ਨੇ, ਅਤੇ ਉਸਨੇ ਉਸਨੂੰ ਉਹ ਲਾਈਟ ਦੁਬਾਰਾ ਸੀਨ ਕੀਤਾ, ਲਾਈਟਿੰਗ ਉਸ ਤਰ੍ਹਾਂ ਦੀ ਫਿਰ ਕਰਵਾਈ, ਬੰਦਾ ਖੜ੍ਹਾ ਕੀਤਾ ਜਿਹੜਾ ਉੱਥੇ ਪਹਿਲੇ ਹੌਲੀ ਹੌਲੀ ਫਾਈਲ ਘੁਮਾਈ, ਫਿਰ ਤੇਜ਼ੀ ਨਾਲ ਘੁਮਾਈ ਜਿਸ ਤਰ੍ਹਾਂ ਰੇਲ ਸਪੀਡ ਫੜਦੀ ਹੈ, ਅਤੇ ਉਸ ਤਰ੍ਹਾਂ ਸੀਨ ਹੋਇਆ। ਅਤੇ ਇਸ ਤਰ੍ਹਾਂ ਉਹਨੇ ਮੈਨੂੰ ਕਿਹਾ ਵੀ ਤੂੰ ਅਸਿਸਟ ਕਰੇਗਾ ਮੈਨੂੰ, ਅਤੇ ਫਿਰ ਮੈਂ ਉਸ ਤਰ੍ਹਾਂ ਅਸਿਸਟੈਂਟ ਡਾਇਰੈਕਟਰ ਬਣ ਗਿਆ, ਅਤੇ ਇਸ ਤਰ੍ਹਾਂ ਮੇਰਾ ਇੱਕ ਜਿਹੜਾ ਫਿਲਮ ਮੇਕਿੰਗ ਦਾ ਕੰਮ ਸ਼ੁਰੂ ਹੋ ਗਿਆ। ਅਤੇ ਸਰ ਇੱਕ ਗੱਲ ਦੱਸੋ ਕਿ ਜੰਮੂ ਐਂਡ ਕਸ਼ਮੀਰ ਦੀ ਔਰ ਪੰਜਾਬ ਦੀ ਪੰਜਾਬੀ ਵਿੱਚ ਕੋਈ ਫਰਕ ਹੈ? ਬਿਲਕੁਲ ਫਰਕ ਹੈ, ਦੇਖੋ ਭਾਸ਼ਾ ਜਿਹੜੀ ਹਰ 10 ਕਿਲੋਮੀਟਰ ਬਾਅਦ ਬਦਲ ਜਾਂਦੀ ਹੈ, ਠੀਕ ਹੈ ਨਾ। ਉਸਦਾ ਜਿਹੜਾ ਲਬੋ ਲਹਿਜ਼ਾ ਹੈ, ਸਾਡੇ ਜਿਹੜੀ ਪੁੰਛ ਵਿੱਚ ਮੁਜ਼ਫਰਾਬਾਦ ਦੀ ਭਾਸ਼ਾ ਹੈ ਉਹ ਥੋੜ੍ਹੀ ਜਿਹੀ ਅਲੱਗ ਤਰ੍ਹਾਂ ਦੀ ਹੈ, ਪੋਠੋਹਾਰੀ ਹੈ, ਤੁਸੀਂ ਪੁੰਛ ਵਿੱਚ ਜਾਓਗੇ ਪੁੰਛੀ ਹੈ, ਮੀਰਪੁਰ ਦੀ ਮੀਰਪੁਰੀ ਹੈ, ਹੈ ਨਾ। ਇਸ ਤਰ੍ਹਾਂ ਤੁਸੀਂ ਜਾਓਗੇ ਕਸ਼ਮੀਰ ਵਿੱਚ, ਬਾਰਾਮੂਲੇ 'ਚ ਅਲੱਗ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ, ਜਾਂ ਤਰਾਲ ਦੀ ਭਾਸ਼ਾ ਦੇਖੋਗੇ, ਹੈ ਗਹਿੰਦਾ ਗਹਿਣ ਦਿਸ, ਉਹ ਕਹਿੰਦੇ ਜਾਂਦਾ ਜਾਣ ਦੇ ਨੂੰ ਕਹਿੰਦੇ ਗਹਿੰਦਾ ਗਹਿਣ ਦਿਸ, ਹੈ ਉਹਨੇ ਜਿਹੜੀ ਇੱਕ ਟੱਚ ਨੇ, ਲੋਕਲ ਟੱਚ ਹੁੰਦੇ ਨੇ ਭਾਸ਼ਾ ਦੇ, ਉਹ ਹਰ ਜਗ੍ਹਾ। ਹੁਣ ਪੰਜਾਬ 'ਚ ਹੀ ਭਾਸ਼ਾ ਦੇ 4 ਰੂਪ ਨੇ, ਮਾਲਵਾ ਦਾ ਇੱਕ ਅਲੱਗ ਭਾਸ਼ਾ ਜਿਹੜਾ ਮਾਲਵਾ ਰੀਜਨ ਹੈ, ਫਿਰ ਉੱਥੇ ਪੁਆਧੀ ਰੀਜਨ ਹੈ, ਪੁਆਧੀ ਅਲੱਗ ਹੈ, ਅੰਮ੍ਰਿਤਸਰ ਦੀ ਜਿਹੜੀ ਹੈ ਉਹ ਮਾਝੀ, ਉਹ ਅਲੱਗ ਹੈ, ਮਾਝੀ ਜੋ ਲਾਹੌਰ ਦੀ ਜਿਹੜੀ ਇੱਕੋ ਜਿਹੀ ਹੈ, ਔਰ ਫਿਰ ਉਸ ਤੋਂ ਬਾਅਦ ਦੁਆਬੀ ਹੈ, ਹੈਂ ਮਨੇ ਲੁਧਿਆਣੇ ਔਰ ਜਲੰਧਰ ਦੇ ਵਿੱਚ ਜਿਹੜਾ ਦੁਆਬੇ ਦਾ ਏਰੀਆ ਉਹਦੇ ਵਿੱਚ ਜਿਹੜੀ ਹੈ ਦੁਆਬੀ ਹੈ, ਮਨੇ ਉੱਥੇ 4 ਅਗਰ ਇਹ ਰੂਪ ਨੇ, ਅਤੇ ਸਾਡੇ ਇੱਧਰ ਜੰਮੂ ਕਸ਼ਮੀਰ ਵਿੱਚ 4-5 ਰੂਪ ਨੇ ਜਿਹੜੇ ਉਹਨੂੰ ਅਸੀਂ ਡਾਇਲੈਕਟਸ ਕਹਿੰਦੇ ਹਾਂ, ਉਪ ਭਾਸ਼ਾ ਕਹਿੰਦੇ ਹਾਂ। ਇਸ ਲਈ ਭਾਸ਼ਾ ਦਾ ਜਿਹੜਾ ਇੱਕ ਫਰਕ ਹੈ, ਲੇਕਿਨ ਭਾਸ਼ਾ ਦੇ ਜਿਹੜੇ ਉਪ ਰੂਪ ਨੇ ਇਹ ਭਾਸ਼ਾ ਨੂੰ ਸਮ੍ਰਿੱਧ ਕਰਦੇ ਨੇ, ਉਹਦੀ ਖੂਬਸੂਰਤੀ ਵਧਾਉਂਦੇ ਨੇ। ਤੁਸੀਂ ਯਕੀਨ ਨਹੀਂ ਕਰੋਗੇ, ਮੇਰੀ ਵਾਈਫ ਨੇ ਨਾਵਲ ਲਿਖਿਆ ਜਿਹੜਾ ਪਹਿਲਾ ਸ਼ਿਕਾਰਗਾ, ਉਹਦੇ ਉਹਨੇ ਕਸ਼ਮੀਰ ਦੀ ਜਿਹੜੀ ਉਹ ਭਾਸ਼ਾ ਉਹਦਾ ਇਸਤੇਮਾਲ ਕੀਤਾ, ਔਰ ਪੰਜਾਬ ਵਿੱਚ ਉਹ ਇੰਨਾ ਪਸੰਦ ਕੀਤਾ ਗਿਆ ਨਾਵਲ, ਉਹ ਉਸ ਦੀਆਂ ਕਹਾਣੀਆਂ ਲੋਕ ਭੁੱਲ ਗਏ ਉਸ ਨਾਵਲ ਤੋਂ ਹੀ, ਉਸ ਨਾਵਲ ਤੋਂ ਉਹ ਇਤਨੀ ਹਿੱਟ ਹੋ ਗਈ ਕਿ ਅੱਜ ਉਸਦੇ 3 ਨਾਵਲ ਲਿਖੇ ਨੇ, ਔਰ ਉਸਦਾ ਬਹੁਤ ਨਾਂ ਹੈ ਸੁਰਿੰਦਰ ਦਾ, ਸ਼ਿਕਾਰਗਾ ਨਾਵਲ ਵਿੱਚ ਉਹ ਭਾਸ਼ਾ ਕਰਕੇ ਉਹ ਜਿਹੜਾ ਨਾਵਲ ਹੈ ਬੜਾ ਉਸਦਾ। ਚਲੋ ਹੋਰ ਤਾਂ ਗੱਲਾਂ ਹੁੰਦੀਆਂ ਨਾਵਲ ਦੀਆਂ, ਲੇਕਿਨ ਭਾਸ਼ਾ ਦਾ ਇੱਕ ਅਹਿਮ ਰੋਲ ਹੈ ਜਿਹੜਾ ਲੋਕਾਂ ਨੂੰ ਪਸੰਦ ਆਈ, ਉਹਨਾਂ ਲੱਗਾ ਨਵੀਂ ਚੀਜ਼ ਹੈ ਪੰਜਾਬ ਵਾਲਿਆਂ ਨੂੰ, ਠੀਕ ਹੈ ਨਾ। ਜਿਸ ਤਰ੍ਹਾਂ ਸਾਨੂੰ, ਅਸੀਂ ਜਦੋਂ ਉੱਥੋਂ ਦੇ ਮਾਲਵੇ ਦੇ ਨਾਵਲ ਪੜ੍ਹਦੇ ਹਾਂ ਤਾਂ ਸਾਨੂੰ ਬੜੇ ਅਜੀਬ ਅਜੀਬ ਲਫ਼ਜ਼ ਮਿਲਦੇ ਨੇ ਉੱਥੇ, ਡੰਗੋਰੀ ਹੈ ਨਾ,
ਹੈਂ ਚੱਕਤਾ ਕਰਤਾ ਹੈਂ ਇਹੋ ਜਿਹੀਆਂ ਗੱਲਾਂ ਇਹ ਜਿਹੜੀ ਤੁਹਾਨੂੰ ਇੱਧਰ ਨਹੀਂ ਮਿਲਣਗੇ ਹੈਂ ਦੁਆਬੇ ਦੇ ਹੋਰ ਤਰ੍ਹਾਂ ਦਾ ਹੈਂ ਅਤੇ ਇਸ ਤਰ੍ਹਾਂ ਹੀ ਸਾਡੇ ਜੰਮੂ ਕਸ਼ਮੀਰ ਵਿੱਚ ਜਿਹੜਾ ਉਹਦਾ ਆਪਣਾ ਰੰਗ ਹੈ ਔਰ ਇਹ ਜਿਹੜੇ ਰੰਗ ਨੇ ਇਹ ਭਾਸ਼ਾ ਨੂੰ ਖੂਬਸੂਰਤ ਬਣਾਉਂਦੇ ਨੇ ਜੀ ਉਹ ਤਾਂ ਹੈ ਅਤੇ ਸਰ ਹੁਣ ਕੋਈ ਤੁਸੀਂ ਪਲਾਨ ਅੱਗੇ ਪੰਜਾਬੀ ਨੂੰ ਜੰਮੂ ਐਂਡ ਕਸ਼ਮੀਰ 'ਚ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਰ ਰਹੇ ਹੋ ਦੇਖੋ ਇੱਥੇ ਪੰਜਾਬੀ ਲੇਖ ਸਭਾ ਹੈ ਸਾਡੀ ਜੀ ਉਹਦੇ 'ਚ ਅਸੀਂ ਪੰਜਾਬੀ ਰਾਈਟਰ ਜਿਹੜੇ ਨੇ ਪੁਰਾਣੇ ਉਹ ਤਾਂ ਆਉਂਦੇ ਨੇ ਅਸੀਂ ਨਵੇਂ ਜਿਹੜੇ ਬੱਚੇ ਨੇ ਐੱਮ ਏ ਕਰ ਰਹੇ ਨੇ ਪੰਜਾਬੀ ਦੀ ਜਾਂ ਕੋਈ ਐੱਮ ਫਿਲ ਕਰ ਰਿਹਾ ਪੀ ਐੱਚ ਡੀ ਕਰ ਰਿਹਾ ਜਾਂ ਕੋਈ ਘਰ ਬੈਠ ਕੇ ਲਿਖ ਰਿਹਾ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਵੀ ਤੁਸੀਂ ਆਓ ਆਪਣੀ ਜੋ ਤੁਸੀਂ ਲਿਖਿਆ ਉਹਨੂੰ ਪੜ੍ਹੋ ਅਸੀਂ ਉਹਨਾਂ ਦੇ ਸੁਣ ਕੇ ਉਹਨੂੰ ਸੁਧਾਰਦੇ ਹਾਂ ਅਤੇ ਨਵੀਂ ਜਿਹੜੀ ਇੱਕ ਪੋਤ ਹੈ ਨਵੀਂ ਰਾਈਟਿੰਗ ਦਾ ਇੱਕ ਜਿਹੜਾ ਉਹ ਤਿਆਰ ਕਰ ਰਹੇ ਹਾਂ ਹੈ ਨਾ ਠੀਕ ਹੈ ਨਾ ਇਸ ਨਾਲ ਅਸੀਂ ਇਹ ਕਰ ਰਹੇ ਹਾਂ ਕੋਸ਼ਿਸ਼ ਕਿ ਨਵੇਂ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕਿਤਾਬ ਨਾਲ ਜੁੜਨਾ ਬੜਾ ਜ਼ਰੂਰੀ ਹੈ ਕਿਤਾਬ ਜਿਹੜੀ ਹੈ ਇਨਸਾਨ ਨੂੰ ਰਿਫਾਈਨ ਕਰਦੀ ਹੈ ਪ੍ਰਸ਼ਿਸ਼ਟ ਕਰਦੀ ਹੈ ਨਾ ਜੋ ਤੁਸੀਂ ਉਸ ਤੋਂ ਜ਼ਿਆਦਾ ਖੂਬਸੂਰਤ ਬਣਾਉਂਦੇ ਨਫਾਸਤ ਤੁਹਾਡੀ ਸੈਂਸਿਟੀਵਿਟੀ ਨੂੰ ਵਧਾਉਂਦੀ ਹੈ ਸੰਵੇਦਨਸ਼ੀਲ ਬਣਾਉਂਦੀ ਤੁਹਾਨੂੰ ਠੀਕ ਹੈ ਨਾ ਤਾਂ ਹੀ ਤੁਸੀਂ ਕਿਸੇ ਵੀ ਚੀਜ਼ ਨੂੰ ਆਸਾਨੀ ਨਾਲ ਸਮਝਦੇ ਤੁਹਾਨੂੰ ਦੁੱਖ ਕਿਸੇ ਦੂਜੇ ਦਾ ਦੁੱਖ ਤਾਂ ਦੁੱਖ ਲੱਗਦਾ ਜੇ ਤੁਸੀਂ ਤੁਹਾਡੇ ਅੰਦਰ ਸੰਵੇਦਨਾ ਹੈ ਸੈਂਸਿਟੀਵਿਟੀ ਹੈ ਨਹੀਂ ਤਾਂ ਇਸ ਤਰ੍ਹਾਂ ਜਿਹੜੇ ਨਵੀਂ ਜਿਹੜੀ ਪੀੜ੍ਹੀ ਹੈ ਜਦੋਂ ਕਿਤਾਬਾਂ ਤੋਂ ਟੁੱਟਦੀ ਹੈ ਉਹ ਫਿਰ ਉਹ ਹੁੰਦੀ ਹੈ ਮਨੀ ਮਾਈਂਡਡ ਪਦਾਰਥਵਾਦੀ ਸੁੱਖ ਮੈਨੂੰ ਇਹ ਚਾਹੀਦਾ ਮੈਨੂੰ ਉਹ ਚਾਹੀਦਾ ਹਰ ਚੀਜ਼ ਦੇ ਦਿਓ ਬਸ ਮਿਲ ਜਾਏ ਤਾਂ ਉਹ ਫਿਰ ਉਹਦੇ 'ਚੋਂ ਜਿਹੜੀ ਹੈ ਨਾ ਆਪੇ ਜਿਹੜੀ ਇੱਕ ਜ਼ਿੰਦਗੀ ਨੂੰ ਸਮਝਣ ਦੀ ਲੋਕਾਂ ਦੇ ਦੁੱਖਦਰ ਨੂੰ ਸ਼ਾਮਿਲ ਬੱਚੇ ਤਾਂ ਆਪਣੇ ਮਾਂ ਪਿਓ ਦੇ ਦੁੱਖਦਰ ਨੂੰ ਸਮਝਦੇ ਉਹ ਕਹਿੰਦੇ ਮੈਨੂੰ ਚਾਹੀਦਾ ਮੋਟਰਸਾਈਕਲ ਚਾਹੀਦਾ ਚਾਹੀਦਾ ਭਾਵੇਂ ਬਾਪ ਕੋਲ ਨਾ ਹੋਵੇ ਉਹਨੀ ਤੋਂ ਕੀ ਪੈਸਾ ਨਾ ਹੋਵੇ ਉਹਨੂੰ ਕਿੱਥੋਂ ਲਿਆ ਕੇ ਦੇਵੇਗਾ ਕੀ ਕਰੇਗਾ ਇਹ ਬੱਚੇ ਨੂੰ ਸੈਂਸ ਹੋਣੀ ਚਾਹੀਦੀ ਸਮਝ ਇਤਨੀ ਉਹਦੇ ਅੰਦਰ ਸੈਂਸਿਟੀਵਿਟੀ ਹੋਣੀ ਚਾਹੀਦੀ ਯਾਰ ਮੇਰਾ ਉਹ ਸੈਂਸਿਟੀਵਿਟੀ ਆਏਗੀ ਕਿਤਾਬਾਂ ਪੜ੍ਹ ਕੇ ਉਹ ਕਿਤਾਬਾਂ ਪੜ੍ਹ ਕੇ ਕਿਤਾਬਾਂ ਕਿਉਂਕਿ ਕਿਤਾਬਾਂ ਤੁਹਾਨੂੰ ਐਸੀ ਦ੍ਰਿਸ਼ਟੀ ਦਿੰਦੀਆਂ ਨੇ ਐਸੀ ਸੋਚ ਦਿੰਦੀਆਂ ਨੇ ਤੁਸੀਂ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਗਹਿਰਾਈ ਨਾਲ ਸੋਚਣਾ ਸ਼ੁਰੂ ਕਰ ਦਿਓ ਉਹ ਜਿਹੜਾ ਇੱਕ ਬੜੀ ਅੱਛੀ ਚੀਜ਼ ਹੈ ਔਰ ਮੈਂ ਚਾਹੁੰਦਾ ਕਿ ਕਿਤਾਬਾਂ ਨਾਲ ਜੁੜਨਾ ਚਾਹੀਦਾ ਬੰਦੇ ਨੂੰ ਤਾਂ ਹੀ ਤੁਸੀਂ ਜ਼ਿੰਦਗੀ ਨੂੰ ਜ਼ਿਆਦਾ ਖੂਬਸੂਰਤੀ ਨਾਲ ਇੰਜੋਏ ਕਰ ਸਕਦੇ ਹੋ ਸਮਝ ਸਕਦੇ ਹੋ ਔਰ ਲੋਕਾਂ ਨੂੰ ਵੀ ਪਿਆਰ ਵੰਡ ਸਕਦੇ ਹੋ ਉਹਨਾਂ 'ਚ ਅਤੇ ਮੈਂ ਤਾਂ ਇਹੀ ਕਹਾਂਗਾ ਜੀ ਧੰਨਵਾਦ ਬਲਜੀਤ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਹੀ ਅੱਛਾ ਲੱਗਿਆ ਅਤੇ ਸਾਡੀ ਅੱਗੇ ਤੋਂ ਵੀ ਇਹੀ ਕੋਸ਼ਿਸ਼ ਰਹੇਗੀ ਕਿ ਅਸੀਂ ਪੰਜਾਬੀ ਸਾਹਿਤ ਨਾਲ ਜੁੜੇ ਲੋਕਾਂ ਨੂੰ ਤੁਹਾਡੇ ਤੱਕ ਪਹੁੰਚਾਈਏ ਅਤੇ ਕੋਈ ਵੀ ਹੈ ਜੋ ਕਿ ਪੰਜਾਬੀ ਲੇਖਕ ਹੈ ਅਤੇ ਜਾਂ ਫਿਰ ਕੋਈ ਵੀ ਪੰਜਾਬੀ ਨਾਲ ਜੁੜਿਆ ਹੋਇਆ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਮੈਨੂੰ ਟੈਗ ਕਰੋ ਅਤੇ ਅਸੀਂ ਤੁਹਾਡੇ ਕੋਲ ਪੁੱਜ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ